ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੋਣ ਕਰਕੇ ਜੀਵ ਦੀ ਚੇਤਨਤਾ अथवा ਅੰਤਿਸ਼ ਕਰਨ ਦੀਆਂ ਗਹਿਰਾਈਆਂ ਵਿੱਚ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਣਜਾਣੇ ਹੀ ਗੁੱਜੀ ਤੌਰ ਤੇ ਪਰਵਿਰਤ ਹੈ ਐਸੇ ਕਰਕੇ ਮਾਈ ਕੀ ਮੰਡਲ ਵਿੱਚ ਵੀ ਜੀਵਾਂ ਦੀ ਆਪਸ ਵਿੱਚ ਮਾਨਸਿਕ ਖਿੱਚ ਤੇ ਭਾਈਚਾਰਕ ਮੇਲਜੋਲ ਬਣਿਆ ਰਹਿੰਦਾ ਹੈ ਜਿਸ ਨੂੰ ਮੋਹ ਆਖਿਆ ਜਾਂਦਾ ਹੈ ਇਹ ਮੋਹ ਕਾਇਨਾਤ ਦਿਆਂ ਸਾਰੀਆਂ ਜੂਨਾ ਵਿੱਚ ਪਰਵਿਰਤ ਹੈ ਐਸੇ ਕਰਕੇ ਜਾਨਵਰ ਤੇ ਪੰਛੀ ਆਦੀ ਟੋਲੀਆਂ ਜਾਂ ਡਾਰਾਂ ਵਿੱਚ ਰਹਿੰਦੇ ਹਨ ਤੇ ਇਨਸਾਨ ਪਰਿਵਾਰਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਇਕੱਠੇ ਸਮਾਜ ਦੇ ਰੂਪ ਵਿੱਚ ਰਹਿੰਦੇ ਹਨ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿਠਾ ਲਾਇਆ ਮਾਇਆ ਮੋਹ ਸਭ ਜਗਤ ਉਪਾਇਆ ਇਸ ਜਗ ਮੈਂ ਮੋਹ ਹੈ ਪਾਸਾਰਾ आत्मिक मंडल दी प्रीत प्रेम प्यार दी खिंच अथवा प्रीत डोरी विच अनंत प्रभु दा पाख्या पावो अपार वाला स्वरूप परविरत होन करके ए सुखदाई आनंदमई ते बिसमादी है हां जी आत्मिक मंडल दी प्रीत प्रेम प्यार दी खिंच अथवा प्रीत डोरी विच अनंत प्रभु दा पाख्या पावो अपार वाला स्वरूप परविरत होन करके ਐ ਸੁਖਦਾਈ ਆਨੰਦਮਈ ਤੇ ਬਿਸਮਾਦੀ ਹੈ ਇਸ ਇਲਾਹੀ ਪਿਆਰ ਦੀ ਪਰਮ ਖੇਲ ਨੂੰ ਖੇਲਣ ਵਾਲੇ ਗੁਰਮੁਖ ਪਿਆਰਿਆਂ ਨੂੰ ਹੀ ਗੁਰਮੁਖ ਸਾਧ ਪਗਤ ਹਰ ਜਨ ਆਦੀ ਨਾਮਾ ਨਾਲ ਸਨਮਾਨਿਆ ਗਿਆ ਹੈ ਤੇ ਇਹਨਾਂ ਮਹਾਪੁਰਖਾਂ ਦੇ ਨਾਲ ਸੰਗ ਕਰਨ ਮੇਲਜੋਲ ਕਰਨ ਸਾਂਝ ਕਰਨ ਲੇਵਾ ਦੇਵੀ ਕਰਨ ਤੇ ਵਣਜ ਵਪਾਰ ਕਰਨ ਨੂੰ ਹੀ ਗੁਰਬਾਣੀ ਵਿੱਚ ਸਾਧ ਸੰਗਤ अथवा सत्संगत क्या गया है आओ साजन संत मीत प्यारे मिल गावो गुण अगम अपारे सत्संगत मिलिए हर साधु मिल संगत हर गुण गाए संतै संग संत संभाखन हर कीर्तन मन जागे राम मोको हर जन मेल मन पावे अम्यो अम्यो हर रस है मीठा मिल संत जना मुख पावै हर जन सगल उधारे संग के पए पुनीत पवित्र मन जनम जनम के दुख हरे इस दे ऐन उल्टे नाम दिया प्रेम स्वपनावां तो टूटे होए अथवा अकाल पुरख तो बेमुख होए जीवां दे इकठ होण या मेलजोल नु साद संगत अथवा सतसंगत नहीं किया जा सकता फिर दोहरा लिए जी ਨਾਮ ਦੀਆਂ ਪ੍ਰੇਮ ਸੁਪਨਾਵਾਂ ਤੋਂ ਟੁੱਟੇ ਹੋਏ अथवा ਅਕਾਲ ਪੁਰਖ ਤੋਂ ਬੇਮੁਖ ਹੋਏ ਜੀਵਾਂ ਦੇ ਇਕੱਠ ਹੋਣ ਜਾਂ ਮੇਲਜੋਲ ਨੂੰ ਸਾਧ ਸੰਗਤ अथवा ਸਤ ਸੰਗਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਇਕੱਠ ਜਾਂ ਮੇਲਜੋਲ ਵਿੱਚ ਆਤਮਿਕ ਪ੍ਰੇਮ ਸੁਪਨਾ ਦੀ ਚਲਕ अथवा ਨਾਮ ਦੀ ਪਾਰਸ ਕਲਾ ਨਹੀਂ ਹੁੰਦੀ ਕਿਸੇ ਗੁਰਮੁਖ ਵਿਦਵਾਨ ਨੇ ਠੀਕ ਲਿਖਿਆ ਹੈ ਕਿ ਇਲਾਹੀ ਪ੍ਰੇਮ ਸਵਪਨਾਵਾਂ ਤੋਂ ਅਣਰੰਗੇ ਮਨੁੱਖਾਂ ਦੇ ਇਕੱਠ ਨੂੰ ਸਾਧ ਸੰਗਤ अथवा ਸਤ ਸੰਗਤ ਕਹਿਣਾ ਨਾ ਵਾਜਬ ਤੇ ਪੁਲੇਖਾ ਹੈ ਐਸੇ ਨਾਮ ਤੋਂ ਅਣਰੰਗੇ अथवा ਸਖਣੇ ਤੇ ਮਾਇਆ ਵਿੱਚ ਰੰਗੇ ਮਨੁੱਖਾਂ ਦੇ ਮੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ ਸਦਾ ਸਹਾਈ ਸੰਤ ਪਿਖੇ ਸਦਾ ਹਜੂਰ ਨਾਮ ਬਿਹੂਨੜਿਆਂ ਸੇ ਮਰਣ ਵਿਸੂਰ ਵਿਸੂਰ मनमुखा केरी दोस्ती माया का संबंध कूड़ा गंड ना कूड़ा गंड ना चली चिकड़ पंदर बन कबीर मारी मरु कुसंग की केले निकट जों बेर ओ चूले ओ चीरिए साकत संग नहेर उदाहरण दे तौर ते मुर्दा लोथों दे इकठ विचों बदबू ही फैलदी है जो जीव दे जीवन ली दुर्गदाई ते असह हुंदी है ਨਾਮ अथवा इलाही प्रेम स्वपना ਤੋਂ ਬਗੈਰ ਜੀਵਨ ਦੀ ਚੇਤਨਤਾ অতি ਮਲੀਨ ਤੇ ਨੀਵੀ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਦੇ ਮੇਲਜੋਲ ਤੇ ਵਿਵਹਾਰ ਵਿੱਚੋਂ ਵੀ ਮਾਇਕੀ ਬਦਬੋ ਦੀ ਸੜਿਹਾਂਦ ਉਪਜਦੀ ਹੈ ਜਿਸ ਦਾ ਫਿਰ ਉਹਨਾਂ ਦੇ ਸੰਗੀਆਂ ਸਾਥੀਆਂ ਉੱਤੇ ਮੁਰਦਿਆਂ ਦੀ ਸੜਿਹਾਂਦ ਵਾਂਗ ਅਤਿਅੰਤ ਭੈੜਾ ਤੇ ਮਾਰੂ ਅਸਰ ਪੈਂਦਾ ਹੈ ਐਥੋਂ ਤਾਈਂ ਕਿ ਉਹਨਾਂ ਦੇ ਮੋਹ ਪਿਆਰ ਵਿੱਚ ਵੀ ਮੈਂ ਮੇਰੀ ਦੀ ਅੰਸ਼ ਹੁੰਦੀ ਹੈ ऐसे करके माई की प्यार अथवा मोनु गुरबानी विच यूं दर्शाया गया है जगत में झूठी देखी प्रीत अपने ही सुख स्यों सब लागै क्या दारा क्या मीत राहो मेरो मेरो सबह कहत है हित स्यों बादीओ चीत माया मो सब दुख है खोटा ए व्यापार राम ਮਾਇਆ 모 ਸਭ ਕੂੜ ਹੈ ਕੂੜੋ ਹੋਇ ਗਿਆ ਹਉ ਮੈਂ ਝਗੜਾ ਪਾਇਨ ਝਗੜੇ ਜਗ ਮੋਇਆ ਜਿਨਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ ਪੁੱਤਰ ਮਿੱਤਰ ਬినాਸ ਬਨਿਤਾ ਟੂਟਤੇ ਇਹਨੇ ਜਿਨਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ ਪੁੱਤਰ ਮਿੱਤਰ ਬਿਲਾਸ ਬਨਿਤਾ ਟੂਟਤੇ ਇਹਨੇ ਗੁਰਬਾਣੀ ਵਿੱਚ ਅਕਾਲ ਪੁਰਖ ਤੋਂ ਭੁੱਲਿਆ ਤੇ ਬੇਮੁਖ ਹੋਏ ਜੀਵਾਂ ਨੂੰ ਮੁਰਦਾ ਕਿਆ ਗਿਆ ਹੈ। ਹਾਂ ਜੀ। ਗੁਰਬਾਣੀ ਵਿੱਚ ਅਕਾਲ ਪੁਰਖ ਤੋਂ ਭੁੱਲਿਆ ਤੇ ਬੇਮੁਖ ਹੋਏ ਜੀਵਾਂ ਨੂੰ ਮੁਰਦਾ ਕਿਆ ਗਿਆ ਹੈ। ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਖੈ ਸੰਸਾਰ। ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ। ਮਿਰਤ ਕਈਏ ਨਾਨਕਾ ਜੇ ਪ੍ਰੀਤ ਨਹੀਂ ਪਗਵੰਤ ਹਰ ਬਿਸਰਤ ਸੋ ਮੂਆ ਇਸ ਤੋਂ ਸਪਸ਼ਟ ਹੈ ਕਿ ਨਾਮ ਅਥਵਾ ਇਲਾਹੀ ਪ੍ਰੇਮ ਸੁਪਨਾ ਤੋਂ ਟੁੱਟੇ ਹੋਏ ਜੀਵ ਆਤਮਿਕ ਤੌਰ ਤੇ ਮੁਰਦੇ ਹੁੰਦੇ ਹਨ ਤੇ ਇਹਨਾਂ ਮੁਰਦਿਆਂ ਦੇ ਆਪਸ ਵਿੱਚ ਮੇਲ ਮਿਲਾਪ ਅਥਵਾ ਸੰਗ ਵਿੱਚੋਂ ਵੀ ਮੁਰਧਿਆਂ ਦੀ ਬਦਬੋ ਨਿਕਲਣੀ ਸੁਭਾਵਕ ਹੈ ਸਾਰੇ ਵਿਸ਼ਵ ਵਿੱਚ ਜੋ ਸ਼ੱਕ ਸਾੜਾ ਕਿਰਨਾ ਈਰਖਾ ਦੁਐਤ ਵੈਰ ਵਿਰੋਧ ਝਗੜੇ ਲੜਾਈਆਂ ਬਦਲੇ ਦਾ ਬੋਲਬਾਲਾ ਤੇ ਵਰਤ ਵਰਤਾਰਾ ਨਜ਼ਰ ਆਉਂਦਾ ਹੈ ਇਹ ਸਭ ਇਨਸਾਨੀ ਮੁਰਧਿਆਂ ਦੀ ਬਦਬੋਦਾਈ પ્રતિબિંਤੇ ਪ੍ਰਗਟਾਵਾ ਹੈ ਇਹ ਵਿਸ਼ਵਾਸਹੀਨ ਨਾਮ ਤੋਂ ਟੁੱਟੇ ਹੋਏ ਮੁਰਦਾ ਜੀਵ ਖੁਦ ਮੋਹ ਮਾਇਆ ਦੇ ਅਗਨ ਸ਼ੋਕ ਸਾਗਰ ਵਿੱਚ ਸੜਦੇ ਬਲਦੇ ਰਹਿੰਦੇ ਹਨ ਤੇ ਜਿਸ ਨਾਲ ਵੀ ਇਹ ਸੰਗ ਜਾਂ ਮੇਲ ਕਰਦੇ ਹਨ ਉਹਨਾਂ ਨੂੰ ਵੀ ਆਪਣੀ ਮੋਮਾਇਆ ਦੀ ਅਗ ਦੀ ਚੁਆਤੀ ਲਾ ਦਿੰਦੇ ਹਨ ਇਸ ਤਰ੍ਹਾਂ ਇਹਨਾਂ ਦੇ ਇਕੱਠ ਨਾਲ ਇਸ ਮਾਈ ਕੀ ਅਗਨ ਸ਼ੋਕ ਸਾਗਰ ਦੇ ਪਾਂਬੜ ਵਿੱਚ ਹੋਰ ਵਾਦਾ ਹੁੰਦਾ ਹੈ